ਆ ਗਿਆ ਦਿਨ ਸਾਡੇ ਜੀਵਨ ਵਿੱਚ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਆਪ 25 ਸਾਲ ਦੀ ਅਵਸਥਾ ਵਿੱਚ ਸੰਨ 1588 ਵਿੱਚ ਸਾਈ ਮੀਆਂ ਮੀਰ ਜੀ ਨੂੰ ਜੋ 38 ਸਾਲ ਦੀ ਉਮਰ ਵਿੱਚ ਸਨ ਉਸ ਵਕਤ ਉਹਨਾਂ ਨੂੰ ਬਹੁਤ ਹੀ ਅਦਬ ਸਤਿਕਾਰ ਸਹਿਤ ਆਪਣੇ ਪਾਸ ਬੁਲਾ ਕੇ ਮਾਘੀ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰਖਵਾਈ। ਇਹ ਸੱਚੇ ਪਾਤਸ਼ਾਹ ਮਹਾਰਾਜ ਦੀ ਆਪਣੀ ਇੱਕ ਅਦੁੱਤੀ ਕਿਸਮ ਦੀ ਖੇਲ ਹੈ ਜਿਹਦੇ ਵਿੱਚ ਸਤਿਪੁਰਖਾਂ ਦਾ ਬਹੁਤ ਵੱਡਾ ਸੁਮੇਲ ਹੋਇਆ ਇਸ ਮਹਾਨ ਪਾਵਨ ਅਸਥਾਨ ਦੇ ਪਵਿੱਤਰ ਦਿਹਾੜੇ 'ਤੇ। ਔਰ ਸਾਨੂੰ ਬਹੁਤ ਵੱਡੀ ਪ੍ਰਸੰਨਤਾ ਹੈ ਕਿ ਸਾਈ ਮੀਆਂ ਮੀਰ ਜੀ ਦੇ ਉਸ ਪਾਵਨ ਅਸਥਾਨ 'ਤੇ ਜੋ ਕਾਦਰੀ ਸਾਹਿਬ ਬਹੁਤ ਵੱਡੀ ਮਹਾਨ ਸੇਵਾ ਨਿਭਾ ਰਹੇ ਨੇ ਉਹ ਸਤਿਗੁਰੂ ਪੰਚਮ ਪਾਤਸ਼ਾਹ ਜੀ ਦੀ ਪਾਵਨ ਯਾਦ ਵਿੱਚ ਹਰ ਸਾਲ ਸਮਾਗਮ ਕਰਦੇ ਹਨ ਪਾਕਿਸਤਾਨ ਦੀ ਧਰਤੀ 'ਤੇ। ਯਾਦ ਰੱਖਦੇ ਹਨ ਆਪਣੇ ਪੁਰਖਿਆਂ ਦੇ ਉਹਨਾਂ ਦੇ ਵੱਡ ਵਡੇਰਿਆਂ ਨੇ ਜੋ ਇਹ ਪਵਿੱਤਰ ਜੋ ਚੜ੍ਹਦੀ ਕਲਾ ਦੇ ਕਾਰਜ ਕੀਤੇ ਉਹਨਾਂ ਦੀ ਯਾਦ ਅੱਜ ਵੀ ਹੋ ਰੱਖਦੀ। ਸਿੱਖ ਪੰਥ ਨਾਲ ਬਹੁਤ ਵੱਡੀ ਉਹਨਾਂ ਦੀ ਸਾਂਝ ਹੈ ਬਹੁਤ ਵੱਡੀ ਸਮੇਲਤਾ ਹਰ ਸਮੇਂ ਉਹ ਬਣਾ ਕੇ ਚੱਲਦੇ ਹਨ ਔਰ ਧਰਮੀ ਪੁਰਸ਼ਾਂ ਦਾ ਇਹੀ ਵੱਡਾ ਗੁਣ ਹੋਇਆ ਕਰਦਾ ਹੈ। ਅੱਜ ਅਸੀਂ ਸਾਈ ਜੀ ਦੇ ਵਾਸਤੇ ਸਿਰੋ ਪਾਓ ਭੇਜ ਰਹੇ ਹਾਂ ਔਰ ਉਹਨਾਂ ਨੇ ਵੀ ਬਹੁਤ ਅਦਬ ਸਤਿਕਾਰ ਵਿੱਚ ਜੋ ਸੰਗਤ ਨੂੰ ਸੋਲ ਸਾਹਿਬ ਆਏ ਬਾਬਾ ਜੀ ਆਏ ਨਾਲ ਸੰਗਤ ਆਈ ਭੇਜ ਕੇ ਜੋ ਸਿਰੋ ਪਾਓ ਉਹਨਾਂ ਨੇ ਹਾਸਿਲ ਕੀਤਾ ਹੈ ਮਹਾਰਾਜ ਸੰਧਾ ਵਾਸੀ ਮਿਹਰ ਭਰੇ ਹੱਥ ਬਣਾਈ ਰੱਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਰੁਪਿੰਦਰ ਸਿੰਘ ਸ਼ਾਮਪੁਰਾ ਜੋ ਇੰਡੀਆ ਚੈਪਟਰ ਹੈ ਆਪਣਾ ਸਾਈ ਮੀਆਂ ਮੀਰ ਫਾਊਂਡੇਸ਼ਨ ਉਹਦਾ ਮੈਂ ਇੰਡੀਆ ਦਾ ਪ੍ਰੈਜ਼ੀਡੈਂਟ ਹੈ। ਅੱਜ ਦੇ ਦਿਨ ਜੋ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸਾਰੀ ਸੰਗਤ ਦੇ ਨਾਲ ਇੱਥੇ ਨਤਮਸਤਕ ਹੋਏ ਹਾਂ ਜੋ ਮਾਘੀ ਵਾਲੇ ਦਿਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਾਈ ਮੀਆਂ ਮੀਰ ਜੀ ਤੋਂ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾਇਆ ਸੀ ਅਤੇ ਅੱਜ ਬਹੁਤ ਵਡਭਾਗਾ ਦੇਣੇ ਅਤੇ ਉਹਦੇ ਸੰਬੰਧ ਦੇ ਵਿੱਚ ਸਾਰੀਆਂ ਸੰਗਤਾਂ ਇੱਥੇ ਨਤਮਸਤਕ ਹੋਈਆਂ ਅਕਾਲ ਤਖਤ ਸਾਹਿਬ ਵੀ ਨਤਮਸਤਕ ਹੋਏ ਆ ਅਤੇ ਸ਼੍ਰੀ ਹਰਿਮੰਦਰ ਸਾਹਿਬ ਵੀ ਅਤੇ ਅੱਜ ਦੇ ਦਿਨ ਮੈਂ ਸਾਰੀ ਸਮੂਹ ਸੰਗਤ ਨੂੰ ਦੇਸ਼ ਵਿਦੇਸ਼ ਜੋ ਚੜ੍ਹਦੀ ਕਲਾ ਟਾਈਮ ਟੀ ਵੀ 'ਤੇ ਸੁਣ ਰਹੇ ਨੇ ਉਹਦੇ ਸੰਬੰਧ ਦੇ ਵਿੱਚ ਮੈਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਅਤੇ ਇਸੇ ਸੰਬੰਧ ਦੇ ਵਿੱਚ ਸਾਈਂ ਅਲੀ ਰਜ਼ਾ ਕਾਦਰੀ ਜੋ ਸਾਈਂ ਮੀਆਂ ਮੀਰ ਜੀ ਦੀ ਗੱਦੀ 'ਤੇ ਨੇ ਇਸ ਮੌਕੇ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਵਾਂ ਕਿ ਅੱਜ ਬਹੁਤ ਵਡਭਾਗਾ ਦੇਣੇ ਸਾਰੀਆਂ ਸੰਗਤਾਂ ਦੇ ਮਨਾਂ 'ਚ ਬਹੁਤ ਖੁਸ਼ੀ ਹੈ ਇਸੇ ਨਾਲ ਹੀ ਮੈਂ ਆਪ ਜੀ ਤੱਕ ਮਿਲਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਵਡਭਾਗਾ ਦੇਣ ਹੈ ਹਰਿਮੰਦਰ ਸਾਹਿਬ ਦੇ ਵਿੱਚ ਸਾਈਂ ਮੀਆਂ ਮੀਰ ਜੀ ਨੇ ਇਸ ਜਗ੍ਹਾ 'ਤੇ 1588 ਦੇ ਵਿੱਚ ਨੀਂਹ ਪੱਥਰ ਰੱਖਿਆ ਸੀ ਸਤਿਗੁਰੂ ਜੀ ਨੇ। ਉਹਨਾਂ ਦੀ ਬਦੌਲਤ ਅੱਜ ਅਲੀ ਰਾਜਾ ਜੀ ਨੇ ਸਾਨੂੰ ਸਿੰਘ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਭੇਜਿਆ ਗਿਆ ਹੈ ਤਾਂ ਅਸੀਂ ਉਹਨਾਂ ਨੇ ਆਪਣਾ ਸਰੋਪਾ ਉੱਥੋਂ ਭੇਜ ਕੇ ਨਵਾਜਿਆ ਹੈ। ਆਪ ਜੀ ਦੇ ਗੜੀ ਉਹਨਾਂ ਨੇ ਬੇਨਤੀ ਕੀਤੀ ਹੈ ਜਾ ਕੇ ਸਤਿਗੁਰੂ ਉਹਨਾਂ ਨੂੰ ਨਵਾਜ ਕੇ ਦੇਣਾ ਸਭ ਕਾਰਜ ਪੂਰੇ ਕਰਨਾ ਉਹਨਾਂ ਵੱਲੋਂ ਅਰਦਾਸ ਕਰਨੀ ਸਤਿਗੁਰੂ ਦੇ ਹਰਿਮੰਦਰ ਸਾਹਿਬ ਸਿੰਘ ਸਾਹਿਬ ਨੂੰ ਕਿਹਾ ਗਿਆ ਹੈ ਵੀ ਅਰਦਾਸ ਕਰਨਾ ਚੜ੍ਹਦੀ ਕਲਾ ਰੱਖਣ ਸਭ ਸਿੱਖਾਂ ਵਿੱਚ ਐਸੀ ਕਿਰਪਾ ਕਰਨ ਸਾਰਿਆਂ ਦੇ ਉੱਤੇ ਆਪਣੀ ਕਲਾ ਵਰਤਾਨ ਸਤਿਗੁਰੂ ਐਸੀ ਕਿਰਪਾ ਦਿੰਦਾ ਬਹੁਤ ਸੱਚੇ। ਬਾਬਾ ਜੀ ਅੱਜ ਜਿਹੜਾ ਮਨਾਇਆ ਗਿਆ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਨੇ ਆਪਣੇ ਵੱਡੇ ਵਡੇਰਿਆਂ ਦੇ ਮੀਆਂ ਮੀਰ ਦੀ
ਸ੍ਰੀ ਹਰਿਮੰਦਰ ਸਾਹਿਬ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਨੀਂਹ ਪੱਥਰ ਰਖਵਾਇਆ ਸੀ। ਜਿਸ ਵਕਤ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਨੀਂਹ ਪੱਥਰ ਰੱਖਣਾ ਸੀ, ਸਭ ਧਰਮਾਂ ਦੇ ਲੋਕਾਂ ਨੂੰ ਬੁਲਾਵਾ ਪੱਤਰ ਭੇਜਿਆ। ਸਾਰੇ ਧਰਮਾਂ ਦੇ ਲੋਕ ਹਾਜ਼ਰ ਹੋਏ ਉਸ ਕਸਵੱਟੀ 'ਤੇ। ਸਾਈਂ ਮੀਆਂ ਮੀਆਂ ਮੀਰ ਜੀ ਪਾਸ ਹੋਏ। ਫਿਰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਸਤਿਗੁਰਾਂ ਨੇ ਉਹਨਾਂ ਪਾਸੋਂ ਨੀਂਹ ਪੱਥਰ ਰਖਵਾਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜੋ ਕਿ ਸਿੱਖੀ ਦਾ ਇੱਕ ਬਹੁਤ ਵੱਡਾ ਪ੍ਰਕਾਸ਼ ਅਤੇ ਬਹੁਤ ਵੱਡਾ ਸਾਡਾ ਇਹ ਦੁਆਰ ਹੈ, ਜਿਹਨੂੰ ਇੱਥੋਂ ਸਾਰਿਆਂ ਦੀਆਂ ਖੁਸ਼ੀਆਂ ਨਾਲ ਝੋਲੀਆਂ ਭਰਦੀਆਂ। ਪਾਤਸ਼ਾਹ ਇਸੇ ਤਰ੍ਹਾਂ ਹੀ ਸਿੱਖਾਂ 'ਤੇ ਬਖਸ਼ਾਂ ਕਰਦੇ ਰਹੇ ਅਤੇ ਆਪਣੀ ਮਿਹਰ ਦੀ ਕਲਾ ਵਰਤਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।